ਅੱਜ ਰੋਪੜ ਵਿਖੇ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੀਆਂ ਜ਼ਿਲ੍ਹਾ ਕਮੇਟੀਆਂ ਦੇ ਸੱਦੇ ਤੇ ਸੈਂਕੜੇ ਵਰਕਰਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ, ਪਰ ਪ੍ਰਸ਼ਾਸਨ ਨੇ ਗ੍ਰਿਫਤਾਰ ਕਰਨ ਤੋਂ ਕੋਰੀ ਨਾ ਕਰ ਦਿੱਤੀ। ਇਸ ਸੱਤਿਆਗ੍ਰਹਿ ਦਾ ਸੱਦਾ ਦੇਸ਼ ਪੱਧਰ ਕੇਂਦਰੀ ਕਮੇਟੀਆਂ ਨੇ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚਾ ਦਿੱਲੀ ਨੇ ਇਸ ਸੱਤਿਆਗ੍ਰਹਿ ਅੰਦੋਲਨ ਦੀ ਹਮਾਇਤ ਕੀਤੀ ਹੋਈ ਹੈ। ਇਸ ਤੋਂ ਪਹਿਲਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਦਰਵਾੜਾ ਵੀ ਮਨਾਇਆ ਗਿਆ ਸੀ। ਵੱਡੀ ਗਿਣਤੀ ਦੇ ਵਿੱਚ ਵਰਕਰ ਰਣਜੀਤ ਬਾਗ ਵਿੱਚ ਇਕੱਤਰ ਹੋਏ। ਇਸ ਮੌਕੇ ਤੇ ਕਿਸਾਨ ਮਜ਼ਦੂਰ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਵੇਚਣ ਉੱਤੇ ਤੁਲੀ ਹੋਈ ਹੈ। ਲੋਕਡਾਊਨ ਦੀ ਆੜ ਦੇ ਵਿੱਚ 3 ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ। ਮਜ਼ਦੂਰਾਂ ਦੇ ਵਿਰੋਧੀ 4 ਲੇਬਰ ਕੋਡ ਕਾਨੂੰਨ ਬਣਾਇਆ ਗਿਆ। ਕਿਸਾਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਪਿਛਲੇ 8.5 ਮਹੀਨੇ ਤੋਂ ਦਿੱਲੀ ਦੀ ਬਰੂਹਾਂ 'ਤੇ ਸੰਘਰਸ਼ ਕਰ ਰਹੇ ਹਨ। ਪੰਜਾਬ ਅੰਦਰ ਕਿਸਾਨ ਅੰਦੋਲਨ ਨੂੰ 10 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ, ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਸ ਮੌਕੇ 'ਤੇ ਸੁਰਜੀਤ ਸਿੰਘ ਢੇਰ, ਗੁਰਦੇਵ ਸਿੰਘ ਬਾਗੀ, ਗੀਤਾ ਰਾਮ, ਵਿਨੋਦ ਭੱਟੀ, ਮਹਿੰਦਰ ਸਿੰਘ ਸੰਗਤਪੁਰ ਨੇ ਕਿਹਾ ਕਿ 1942 ਦੇ ਵਿੱਚ ਦੇਸ਼ ਭਗਤਾਂ ਨੇ ਅੰਗਰੇਜ਼ੋ ਸਾਡਾ ਦੇਸ਼ ਛੱਡੋ ਦਾ ਨਾਰਾ ਦਿੱਤਾ ਸੀ, ਪਰ ਦੇਸ਼ ਤਾਂ ਆਜ਼ਾਦ ਹੋ ਗਿਆ, ਪਰ ਅੱਜ ਅੰਗਰੇਜ਼ਾਂ ਦੇ ਪਿੱਠੂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੇ ਹਨ। ਇਸ ਲਈ ਅੱਜ ਫਿਰ ਨਾਰਾ ਲਗਾਇਆ ਜਾ ਰਿਹਾ ਹੈ, ਕਾਰਪੋਰੇਟ ਘਰਾਣਿਓ ਸਾਡਾ ਦੇਸ਼ ਛੱਡੋ, ਮੋਦੀ ਸਰਕਾਰ ਗੱਦੀ ਛੱਡੇ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਨਿੱਜੀ ਸੰਪਤੀ ਨੂੰ ਇੱਕ ਕਰਕੇ ਵੇਚਣ ਉੱਤੇ ਤੁਲੀ ਹੋਈ ਹੈ, ਪਰ ਦੇਸ਼ ਦੇ ਲੋਕ ਮੋਦੀ ਸਰਕਾਰ ਨੂੰ ਗੱਦੀ ਤੋਂ ਹਟਾ ਕੇ ਹੀ ਦਮ ਲੈਣਗੇ। ਇਸ ਮੌਕੇ ਤੇ ਆਗੂਆਂ ਨੇ ਮੰਗ ਕੀਤੀ ਹੈ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਕੀਤੇ ਜਾਣ, MSP ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਮਜ਼ਦੂਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਕਿਸਾਨਾਂ ਨੇ ਬਾਗ ਤੋਂ ਮਾਰਚ ਸ਼ੁਰੂ ਕੀਤਾ ਅਤੇ ਜ਼ਿਲ੍ਹਾ ਸਕੱਤਰਤ ਦੇ ਮੇਨ ਗੇਟ 'ਤੇ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ, ਇੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਗਈ, ਪਰ ਪ੍ਰਸ਼ਾਸਨ ਨੇ ਗ੍ਰਿਫਤਾਰ ਨਹੀਂ ਕੀਤਾ। ਧਰਨਾਕਾਰੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਪੜ ਤੋਂ ਪੰਜਾਬ TV ਲਈ ਪੁਲਕੀਤ ਕੁਮਾਰ ਦੇ ਨਾਲ ਦਲਵਿੰਦਰ ਸਿੰਘ ਦੀ ਰਿਪੋਰਟ। ਮੈਂ ਸੁਰਜੀਤ ਸਿੰਘ ਢੇਰ, ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੋਪੜ। ਅੱਜ ਦੇਸ਼ ਪੱਧਰ 'ਤੇ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ CITU ਯੂਨੀਅਨ ਸੱਦਾ ਦਿੱਤਾ ਕਿ ਦੇਸ਼ ਦੇ ਅੰਦਰ ਸੱਤਿਆਗ੍ਰਹਿ ਜਿਹੜਾ ਕੀਤਾ ਜਾਵੇ। ਜਿਹੜਾ ਨਾਰਾ 1942 ਵਿੱਚ ਸਾਡੇ ਦੇਸ਼ ਭਗਤਾਂ ਨੇ ਅੰਗਰੇਜ਼ਾਂ ਦੇ ਖਿਲਾਫ਼ ਲਾਇਆ ਸੀ ਕਿ ਅੰਗਰੇਜ਼ੋ ਭਾਰਤ ਛੱਡੋ, ਉਦੋਂ ਅੰਗਰੇਜ਼ ਭਾਰਤ ਛੱਡ ਗਏ, ਲੇਕਿਨ ਅੱਜ ਜਿਹੜੇ ਕਾਲੇ ਅੰਗਰੇਜ਼ ਹੈ ਉਹ ਸਾਡੀ ਸਾਰੀ ਸੰਪਤੀ 'ਤੇ ਕਬਜ਼ਾ ਕਰ ਰਹੇ ਹੈ। ਅੱਜ 79 ਸਾਲ ਬਾਅਦ ਸਾਡਾ ਮੁੱਖ ਤੌਰ 'ਤੇ ਨਾਰਾ ਕਿ ਕਾਰਪੋਰੇਟ ਘਰਾਣਿਓ ਸਾਡੀ ਖੇਤੀ ਛੱਡੋ, ਕਾਰਪੋਰੇਟ ਘਰਾਣਿਓ ਸਾਡੀ ਜਿਹੜੀ ਸਰਕਾਰੀ ਸੰਪਤੀ ਹੈ, ਨਿੱਜੀ ਸੰਪਤੀ 'ਤੇ ਤੁਸੀਂ ਕਬਜ਼ਾ ਕਰ ਰਹੇ ਹੋ, ਦੇਸ਼ ਦੇ ਸਮੁੱਚੇ ਢਾਂਚੇ ਨੂੰ ਤੁਸੀਂ ਖਰੀਦ ਰਹੇ ਹੋ, ਔਰ ਮੋਦੀ ਸਰਕਾਰ ਹੈ ਜਿਹੜੀ ਸਮੁੱਚੀ ਜਿਹੜੀ ਕਾਰਪੋਰੇਟ ਘਰਾਣੇ ਦੇ ਅੰਦਰ ਜਿਹੜੀ ਕੰਮ ਚੱਲ ਰਹੀ ਹੈ ਉਹਦੇ ਰੋਸ ਵਜੋਂ ਅਸੀਂ ਸੱਤਿਆਗ੍ਰਹਿ ਕਰ ਰਹੇ ਹਾਂ। ਤਿੰਨਾਂ ਜਥੇਬੰਦੀਆਂ ਦੇ ਵਰਕਰ ਸਾਰੇ ਦੇਸ਼ ਦੇ ਕੋਨੇ ਕੋਨੇ ਦੇ ਅੰਦਰ ਅੱਜ ਰੋਸ ਮੁਜ਼ਾਹਰੇ ਕਰਕੇ, ਸੱਤਿਆਗ੍ਰਹਿ ਕਰਕੇ DC ਦਫ਼ਤਰਾਂ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਹੋਣਗੇ। ਅਤੇ ਜੇ ਸਰਕਾਰ ਸਾਨੂੰ ਗ੍ਰਿਫਤਾਰ ਨਹੀਂ ਕਰਦੀ ਹੈ ਤਾਂ ਸਰਕਾਰ ਦੀ ਇਹ ਮੋਦੀ ਸਰਕਾਰ ਦੀ ਚੋਰ ਮੋਰੀ ਹੈ ਕਿ ਅੰਦੋਲਨ ਦੇ ਪ੍ਰਤੀ ਉਹ ਡਰੀ ਹੋਈ ਹੈ। ਅੱਜ ਦੇਸ਼ ਦੇ ਅੰਦਰ ਅੰਦੋਲਨ, ਕਿਸਾਨ ਅੰਦੋਲਨ ਨੂੰ ਚੱਲਦਿਆਂ ਖੇਤੀ ਵਿਰੋਧੀ ਕਾਲੀ ਕਾਨੂੰਨਾਂ ਦੇ ਖਿਲਾਫ਼ 8.5 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ। 600 ਕਿਸਾਨ ਸਾਡਾ ਵੀਰ ਹੈ ਜਿਹੜਾ ਸ਼ਹੀਦੀਆਂ ਪ੍ਰਾਪਤ ਕਰ ਚੁੱਕਿਆ। ਮੋਦੀ ਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਜਿਹਦੀ ਅੜੀ ਤੋੜਨ ਲਈ ਦੇਸ਼ ਦੇ ਕਿਸਾਨ ਮਜ਼ਦੂਰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਅੰਦੋਲਨ ਕਰਨਗੇ। ਪੂਰੇ ਹਿੰਦੁਸਤਾਨ ਚੱਲ ਰਿਹਾ, ਜਿਹੜੇ ਮੋਦੀ ਸਰਕਾਰ ਵੱਲੋਂ 3 ਕ੍ਰਿਸ਼ੀ ਕਾਨੂੰਨ ਜਿਹੜੇ ਲੈ ਕੇ ਆਉਂਦੇ ਆ ਕਿਸਾਨਾਂ ਦੇ ਖਿਲਾਫ਼, ਉਹਦੇ ਖਿਲਾਫ਼ ਹੈ, ਪਲੱਸ ਜਿਹੜੇ ਮਜ਼ਦੂਰਾਂ ਦੇ ਖਿਲਾਫ਼ ਇੱਕ ਜਿਹੜੇ 44 ਕਾਨੂੰਨ ਸੀਗੇ ਲੇਬਰ ਲਾ, ਉਹਨਾਂ ਨੂੰ ਖਤਮ ਕਰਕੇ ਅੱਜ ਇਹ ਜਿਹੜੇ 4 ਕੋਡਾਂ 'ਚ ਬਦਲ ਰਹੇ ਆ, ਉਹ 4 ਕੋਡ ਜਿਹੜੇ ਆ ਉਹ ਪੂੰਜੀਪਤੀਆਂ ਦੇ ਹੱਕ 'ਚ, ਪੂੰਜੀਪਤੀਆਂ ਦੇ ਦਬਾਅ ਦੇ ਥੱਲੇ ਸਰਕਾਰ ਕੰਮ ਕਰ ਰਹੀ ਹੈ ਔਰ ਪੂੰਜੀਪਤੀਆਂ ਨੂੰ ਫਾਇਦਾ ਦੇਣ ਲਈ ਉਹ 4 ਕੋਡ ਬਣਾ ਰਹੀ ਹੈ, ਜਿਹਦੇ ਵਿੱਚ ਮਜ਼ਦੂਰ ਨਾ ਸਟ੍ਰਾਈਕ ਕਰ ਸਕਦਾ, ਨਾ ਯੂਨੀਅਨ ਬਣਾ ਸਕਦਾ, ਨਾ ਧਰਨਾ ਵਗੈਰਾ ਕਰ ਸਕਦਾ, ਅਤੇ ਜੋ ਪੂੰਜੀਪਤੀ ਚਾਹੇਗਾ ਉਹ ਉਹਨੂੰ ਪੈਸਾ ਦੇਗਾ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਕਰਦੇ ਕਿ 4 ਜਿਹੜੇ ਕੋਡ ਬਣਾਏ ਜਾ ਰਹੇ ਹੈ ਇਹ ਕੋਡ ਨਹੀਂ ਬਣਨੇ ਚਾਹੀਦੇ, ਔਰ ਜਿਹੜੇ ਪਹਿਲਾਂ ਲੜਾਈ ਲੜ ਕੇ ਲਗਾਤਾਰ 1927 ਤੋਂ ਜਿਹੜੇ ਕਾਨੂੰਨ ਹੈ ਚੱਲੇ ਹੋਏ ਉਹ ਕਾਨੂੰਨ ਬਰਕਰਾਰ ਰਹਿਣੇ ਚਾਹੀਦੇ ਆ, ਜਿਹਦੇ ਨਾਲ ਕਿ ਮਜ਼ਦੂਰਾਂ ਔਰ ਗਰੀਬਾਂ ਨੂੰ ਫਾਇਦਾ ਹੋਵੇ। ਜੇ ਸਰ ਤੁਹਾਡੀ ਸੁਣਵਾਈ ਨਾ ਹੋਈ, ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ? ਅਗਲਾ ਸੰਘਰਸ਼ ਜੋ ਵੀ ਸਾਨੂੰ ਕਾਲ ਸੈਂਟਰ ਦੀ ਆਏਗੀ, ਅੱਜ ਵੀ ਇਹ ਸੈਂਟਰ ਦੀ ਕਾਲ 'ਤੇ ਹੈ, ਜਿਹੜੇ ਸੱਤਿਆਗ੍ਰਹਿ ਪੂਰੇ ਹਿੰਦੁਸਤਾਨ 'ਚ ਚੱਲ ਰਹੇ, ਜ਼ਿਲ੍ਹਾ ਲੈਵਲ 'ਤੇ ਔਰ ਸਾਰੇ ਪੂਰੇ ਹਿੰਦੁਸਤਾਨ ਦੇ ਜ਼ਿਲ੍ਹਿਆਂ ਦੇ ਉੱਤੇ ਇਹ ਜਿਹੜਾ ਪ੍ਰਦਰਸ਼ਨ ਕੀਤੇ ਜਾ ਰਹੇ, ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ ਅੱਜ, ਪਰ ਫਿਰ ਜਦੋਂ ਸਾਨੂੰ ਜੋ ਵੀ ਐਕਸ਼ਨ ਆਏਗਾ ਅਸੀਂ ਉਹਨੂੰ ਵੱਧ ਚੜ੍ਹ ਕੇ ਨਿਭਾਵਾਂਗੇ।